तुसी देख रहे हो द स्टैलर न्यूज़ वैब टीवी। हुशियारपुर का एरिया जड़ा पहला वार्ड नंबर 37 की जो गल करिए उत्थे जड़ा सीवरेज के पानी की प्रॉब्लम, तो हुण जड़ा ये इत्थे आपां खड़े हैं इस टाइम जड़ा चांदनगर का एरिया है वार्ड नंबर 2, इत्थे भी सेम प्रॉब्लम आ जिहड़ी सीवरेज का पानी जड़ा जमा हो रहा गली दे विच। तां जड़ा सीवरेज के पानी ने हुशियारपुर वासियां दा जड़ा नक्क च दम किया होया। असीं गल करदे आ महला वासियां नाल ਪੇ ਕੀ ਜਿਹੜੀ ਪਾਣੀ ਦੀ ਇੱਥੇ ਪ੍ਰੋਬਲਮ ਇਹਨਾਂ ਨੂੰ ਕੀ ਆ ਰਹੀ ਆ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸ਼ੁਭ ਨਾਮ ਜੀ ਆਪਣਾ? ਸ਼ਾਮ ਲਾਲ ਜੀ। ਸ਼ਾਮ ਲਾਲ ਜੀ, ਜਿੱਦਾਂ ਇੱਥੇ ਦੇਖਿਆ ਜਾ ਰਿਹਾ ਵੀ ਪਾਣੀ ਕਾਫੀ ਜਮ੍ਹਾਂ ਹੋਇਆ, ਤੇ ਕੀ ਤੁਹਾਨੂੰ ਮਹੱਲਾ ਵਾਸੀਆਂ ਨੂੰ ਕੀ ਪ੍ਰੋਬਲਮ ਆਉਂਦੀ ਹੈ ਜੀ? ਇਹਦੇ ਬੜਾ ਮੁਸ਼ਕ ਆ ਰਿਹਾ ਜੀ, ਬੰਗੰਦਾ ਪਾਣੀ ਆ, ਬਿਮਾਰੀ ਉੱਪਰੋਂ ਫੈਲੀ ਆ, ਦੁਬਾਰਾ ਫੇਰ ਫੈਲ ਸਕਦੀ ਬਿਮਾਰੀ ਆ। ਇਹਨੂੰ 10 ਦਿਨ ਹੋ ਗਏ ਪਾਣੀ ਖੜੇ ਨੇ। ਇਹ ਕਿੰਨੇ ਦਿਨ ਤੋਂ ਇਹ ਪ੍ਰੋਬਲਮ ਜਿਹੜੀ ਚੱਲ ਰਹੀ ਹੈ? 10 ਦਿਨ ਤੋਂ ਖੜਾ ਪਾਣੀ ਜੀ ਇੱਥੇ। ਅਸੀਂ ਬੜੇ ਫੋਨ ਕਰ ਚੁੱਕੇ ਹਾਂ, ਬਹੁਤ ਕੁਛ ਕਹਿ ਚੁੱਕੇ ਹਾਂ, ਨਹੀਂ ਕਿਸੇ ਨੇ ਸਾਡੀ ਸੁਣਾਈ ਕੋਈ ਨਹੀਂ। ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ? ਮੰਗ ਅਸੀਂ ਤਾਂ ਇਹ ਕਰਦੇ ਹਾਂ ਜੀ, ਵੀ ਜਾਂ ਤੈਨੂੰ ਬੰਦੇ ਪੱਕਾ ਬੰਦ ਕਰਾ ਦੇਣ, ਜਿੱਦਾਂ ਅਸੀਂ ਬਾਹਰ ਖੇਤਾਂ 'ਚ ਪਹਿਲਾਂ ਜਾਂਦੇ ਸੀ ਇੱਦਾਂ ਇੱਦਾਂ ਚੱਲ ਜਾਵਾਂਗੇ, ਨਹੀਂ ਤਾਂ ਇਹਦੇ ਪੈਪ ਵੱਡੇ ਹੋਣੇ ਜਿਹੜੇ ਪੈਣੇ ਤਾਂ ਗੱਲ ਬਣਨੀ। ਸਾਡੇ ਨਾਲ ਹੋਰ ਵੀ ਇੱਥੇ ਸ਼ਖਸ ਮੌਜੂਦ ਨੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸੀਗਾ ਜੀ। ਕੀ ਸ਼ੁਭ ਨਾਮ ਜੀ ਆਪਣਾ? ਅਨੂਪ ਸੂਦ ਜੀ। ਸੂਦ ਸਾਹਿਬ, ਜਿਹੜੀ ਇਹ ਪ੍ਰੋਬਲਮ ਇਹ ਕਿੰਨੇ ਦੇਰ ਤੋਂ ਚੱਲ ਰਹੀ ਆ ਜਾਂ ਕੀ? ਸੀਵਰੇਜ ਦੀ ਪਾਈਪ ਵਿਛੀ ਨੇ ਉਦੋਂ ਤੋਂ ਹੀ ਆ, ਜਦੀ ਵਿਛੀ ਹੈ, ਕੱਢ ਕੇ ਜਾਂਦੇ ਦੂਏ ਦਿਨ ਫਿਰ ਇਹੀ ਹਾਲ ਹੁੰਦਾ। ਪਿੱਛੇ ਐਮ ਸੀ ਸਾਹਿਬ ਨੇ ਇੱਥੇ ਕਢਾਇਆ ਸੀ, ਚਲੋ ਗਾਰ ਗੁਰ ਕੱਢੀ ਤਾਂ 15-20 ਦਿਨ ਕੱਟ ਗਿਆ, ਨਹੀਂ ਇੱਥੇ ਕੱਢ ਕੇ ਜਾਂਦੇ ਉਸ ਵੇਲੇ ਗੱਡੀ ਕਮੇਟੀ ਤੱਕ ਨਹੀਂ ਪਹੁੰਚਦੀ, ਨਾਲ ਹੀ ਫਿਰ ਸ਼ੁਰੂ ਹੋ ਜਾਂਦਾ। ਕੀ ਇਹਦਾ ਕਾਰਨ ਕੀ ਲੱਗਦਾ? ਇਹ 'ਚ ਕੋਈ ਮਹੱਲਾ ਵਾਸੀਆਂ ਦਾ ਕੋਈ ਕਸੂਰ ਆ ਜਾਂ ਕੋਈ ਇਹ ਪ੍ਰਸ਼ਾਸਨ ਦਾ ਹੀ ਆ ਇਕੱਲਾ? ਇਹਦਾ ਹੁਣ ਪ੍ਰਸ਼ਾਸਨ ਨੇ ਦੇਖਣਾ ਕਿਹਦਾ ਕਸੂਰ ਆ, ਜਿਹਨੂੰ ਜਿਹਦਾ ਕਸੂਰ ਆ ਉਹ 'ਤੇ ਫਾਈਨ ਲਾਇਆ ਜਾਵੇ। ਇਹ ਤਾਂ ਹੁਣ ਆਪਾਂ ਤਾਂ ਕਿਸੇ ਨਾਲ ਕਹਿ ਨਾ ਸਕਦੇ ਕਿਹਦਾ ਕਸੂਰ ਆ, ਇਹਦਾ ਪ੍ਰਸ਼ਾਸਨ ਨੇ ਚੈੱਕ ਕਰਨਾ ਕਿਹਦਾ ਕਸੂਰ ਆ, ਕਿਹਦੇ ਕਰਕੇ ਹੋ ਰਿਹਾ, ਜਾਂ ਪੈਪ ਵੱਡੀ ਪੈਣੀ, ਉਹਦਾ ਪ੍ਰਸ਼ਾਸਨ ਨੇ ਦੇਖਣਾ। ਇਹ ਹੁਣ ਜਿਹੜਾ ਲਾਸਟ ਟਾਈਮ 'ਤੇ ਕਦੋਂ ਜਿਹੜਾ ਇਹ ਸਾਫ਼ ਕਰਵਾਇਆ ਗਿਆ ਸੀ? ਇਹਨੂੰ ਹੋ ਗਿਆ ਕੋਈ ਮਹੀਨਾ ਹੋ ਗਿਆ, ਐਮ ਸੀ ਸਾਹਿਬ ਨੇ ਕਰਾਇਆ ਸੀ, ਗਾਰ ਗੁਰ ਕੱਢੀ ਤਾਂ 10-15 ਦਿਨ ਕੱਟ ਗਿਆ, ਨਹੀਂ ਤਾਂ ਇਹ ਕੱਢ ਕੇ ਜਾਂਦੇ ਹਲੇ ਕਮੇਟੀ ਤੱਕ ਪਹੁੰਚਦੇ ਵਗਣਾ ਸ਼ੁਰੂ ਹੋ ਜਾਂਦਾ ਹੈ। ਸਾਡੀ ਦੁਕਾਨ ਹੀ ਬੰਦ ਰੱਖੀ, ਹੁਣ ਤਾਂ ਚਲੋ ਲੋਕਡਾਊਨ ਕਰਕੇ ਉੱਦਾਂ ਹੀ ਬੰਦ ਰਹਿੰਦੀ ਹੈ, ਇੱਥੇ ਗੱਡੀ ਲੱਗੇ ਦੁਕਾਨ ਦੇ ਅੰਦਰ ਛੱਟੇ, ਇੱਥੇ ਬਹਿਣਾ। ਇੱਕ ਪਾਸੇ ਜਿਹੜਾ ਕਰੋਨਾ ਮਹਾਂਮਾਰੀ ਚੱਲ ਰਹੀ ਆ, ਉਸ ਨਾਲ ਜਿਹੜਾ ਆ ਲੋਕ ਬਿਮਾਰ ਹੋ ਰਹੇ ਆ, ਕਾਫੀ ਜਾਨਾਂ ਵੀ ਜਾ ਰਹੀਆਂ, ਅਤੇ ਇੱਕ ਪਾਸੇ ਹੁਸ਼ਿਆਰਪੁਰ ਵਾਸੀਆਂ ਨੂੰ ਜਿੱਦਾਂ 37 ਨੰਬਰ ਵਾਰਡ ਦੀ ਮੈਂ ਗੱਲ ਕੀਤੀ ਆ, ਉੱਥੇ ਵੀ ਸੀਵਰੇਜ ਦੇ ਪਾਣੀ ਜਮ੍ਹਾਂ ਹੋਣ ਦੀ ਪ੍ਰੋਬਲਮ ਆ, ਅਤੇ ਉਸ ਤੋਂ ਬਾਅਦ ਜਿਹੜਾ ਆਹ ਵਾਰਡ ਆ ਇੱਥੇ 2 ਨੰਬਰ ਵਾਰਡ ਚਾਂਦਨਗਰ, ਇਹਦੇ ਵਿੱਚ ਵੀ ਜਿਹੜੀ ਸੇਮ ਪ੍ਰੋਬਲਮ ਆ ਜਿਹੜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸ਼ੁਭ ਨਾਮ ਜੀ ਆਪਣਾ? ਕ੍ਰਿਸ਼ਨ ਗੋਪਾਲ ਆਨੰਦ ਜੀ। ਨਾਲ ਸਾਹਿਬ, ਜਿਹੜੀ ਇਹ ਪ੍ਰੋਬਲਮ ਆ ਕਿੰਨੇ ਚਿਰ ਤੋਂ ਚੱਲ ਰਹੀ ਆ, ਤੁਸੀਂ ਇਹਨੂੰ ਪ੍ਰਸ਼ਾਸਨ ਦੇ ਧਿਆਨ 'ਚ ਪਹਿਲਾਂ ਲਿਆਂਦਾ ਜਾਂ ਨਹੀਂ ਲਿਆਂਦਾ? ਇਹ ਜਿਹੜੀ ਪ੍ਰੋਬਲਮ ਆ, ਅੱਜ ਤੋਂ 4-5 ਸਾਲ ਪਹਿਲੀ ਇਹ ਪ੍ਰੋਬਲਮ ਚੱਲੀ ਆ ਰਹੀ ਆ, ਕਿਉਂਕਿ ਇਹ 15 ਦਿਨ ਬਾਅਦ ਸਾਡਾ ਸੀਵਰੇਜ ਇਸ ਰੋਡ ਦਾ ਬੰਦ ਹੋ ਜਾਂਦਾ ਹੈ। ਬੰਦ ਹੋਣ ਦਾ ਮੇਨ ਕਾਰਨ ਇਹੀ ਆ ਕਿ ਜਿਹੜੀ ਇਹ ਥੱਲੇ ਪਾਈਪ ਇਹਦੀ ਪਈ ਦੀ ਹੈਗੀ ਆ, ਉਹ 6 ਇੰਚ ਦੀ ਪਾਈਪ ਆ, ਜਦ ਕਿ ਤਾਂ 1.5 ਫੁੱਟ ਦੀ ਪਾਈਪ ਚਾਹੀਦੀ ਹੈ ਤਾਂ ਕਿ ਉਹ ਜਿਹੜੀ ਪਾਣੀ ਦੀ ਨਿਕਾਸੀ ਹੈਗੀ ਜਿਹੜੀ ਠੀਕ ਹੋ ਸਕੇ। ਇਸ ਦੇ ਨਾਲ ਨਾਲ ਇਹ ਹਫ਼ਤੇ ਬਾਅਦ 10 ਦਿਨ ਬਾਅਦ ਬੰਦ ਹੋ ਜਾਂਦਾ ਹੈ। ਇੱਥੇ ਰਾਮ ਚਿਤ ਮਾਨਸ ਡਿਸਪੈਂਸਰੀ ਵੀ ਹੈ, ਜਿੱਥੇ ਕਿ ਸੈਕਿੰਡ ਦੀ ਤਾਦਾਦ ਦੇ ਵਿੱਚ ਲੋਕ ਦਵਾਈ ਵੀ ਲੈ ਕੇ ਜਾਂਦੇ ਨੇ। ਔਰ ਬਹਾਦਰਪੁਰ ਸ਼ਮਸ਼ਾਨ ਘਾਟ ਆ, ਜਿਹੜੇ ਆਪਣੇ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਮੌਤ ਹੋ ਜਾਂਦੀ ਆ, ਉਹ ਵੀ ਇੱਥੇ ਲੈ ਕੇ ਜਾਂਦੇ ਨੇ। ਉਹ ਸਾਰੇ ਹੀ ਇਹ ਗੰਦੇ ਸੀਵਰੇਜ ਦੇ ਪਾਣੀ ਦੇ ਵਿੱਚੋਂ ਨਿਕਲ ਕੇ ਜਾ ਰਹੇ ਨੇ। ਬਹੁਤ ਹੀ ਇੱਕ ਵੱਡੀ ਇੱਕ ਸ਼ਰਮ ਦੀ ਗੱਲ ਹੈ। ਹੁਣ ਅੱਜ 7 ਦਿਨ ਹੋ ਗਏ ਆ ਇਸ ਸੀਵਰੇਜ ਬੰਦ ਨੂੰ। ਮੈਂ ਪਿੱਛੇ ਐਮ ਸੀ ਸਾਹਿਬ ਨੂੰ ਤਾਂ ਨਹੀਂ ਫੋਨ ਕੀਤਾ, ਪਰ ਮੈਂ ਨਗਰ ਨਿਗਮ ਦੇ ਮੁਲਾਜ਼ਮ ਨੂੰ ਕੀਤਾ ਸੀ, ਉਹਨਾਂ ਨੇ ਇਹ ਗੱਲ ਕਹੀ ਕਿ ਸਾਡੀ ਗੱਡੀ ਖਰਾਬ ਆ, ਉਸ ਦੇ ਕਰਕੇ 2-3 ਦਿਨ ਭਾਅ ਜੀ ਲੱਗ ਜਾਣਗੇ, ਆਪਾਂ ਜ਼ਰੂਰ ਜਲਦੀ ਤੋਂ ਜਲਦੀ ਠੀਕ ਕਰਾ ਦੇਵਾਂਗੇ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸ਼ੁਭ ਨਾਮ ਜੀ ਆਪਣਾ? ਜੁਗਲ ਕਿਸ਼ੋਰ ਜੀ। ਕਿਸ਼ੋਰ ਸਾਹਿਬ, ਤੁਹਾਡੇ ਮੁਹੱਲੇ ਦੇ ਜਿਹੜੀ ਆ ਗਲੀ ਆ, ਇਹਦੇ ਵਿੱਚ ਜਿਹੜੀ ਪਾਣੀ ਜਮ੍ਹਾਂ ਹੋਣ ਦੀ ਪ੍ਰੋਬਲਮ ਆ ਸੀਵਰੇਜ ਦੇ, ਇਹ ਕਿੰਨੇ ਟਾਈਮ ਤੋਂ ਚੱਲ ਰਹੀ ਹੈ? 3-4 ਸਾਲਾਂ ਤੋਂ ਚੱਲ ਰਹੀ ਹੈ ਜੀ ਤਕਰੀਬਨ। ਇਹਦੇ ਪਾਈਪਾਂ ਇੱਥੋਂ ਇੱਥੇ ਤੱਕ ਪਾਈਪਾਂ ਟੁੱਟੀਆਂ, ਰਿਪੇਅਰ ਕਰਕੇ ਚੱਲ ਗਏ, ਉਸ ਤੋਂ ਬਾਅਦ ਇੱਦਾਂ ਸੜਕ ਬਣਾ ਦਿੱਤੀ ਆ। ਕਿਹਾ ਵੀ ਸੀਗਾ ਉਹਨਾਂ ਨੂੰ ਆਪਣੇ ਸੜਕ ਦੇ ਪਾਈਪਾਂ ਪੱਟ ਕੇ ਪਵਾਓ, ਸੜਕ ਤਾਂ ਰਿਪੇਅਰ ਕਰਾਈਓ, ਇਹ ਉਦੇ ਪਵਾ ਗਏ ਆ। ਤੁਸੀਂ ਕਿਹਨਾਂ ਨੂੰ ਉਦੋਂ ਦੱਸਿਆ ਸੀਗਾ ਇਹ, ਕਿਹਦੇ ਧਿਆਨ 'ਚ ਲਿਆਂਦਾ ਸੀ? ਪਹਿਲਾਂ ਆਪਣੇ ਸੂਰ ਸਾਹਿਬ ਸੀਗੇ ਜੀ, ਸੂਰ ਸਾਹਿਬ ਨੂੰ ਕਈ ਵਾਰੀ ਕਿਹਾ ਸੀ, ਉਹਨਾਂ ਦੇ ਧਿਆਨ 'ਚ ਤੁਸੀਂ ਇਹ ਮਾਮਲਾ ਲਿਆਂਦਾ ਸੀ ਵੀ ਜਿਹੜੇ ਪਾਈਪ ਵਿੱਚੋਂ ਖਰਾਬ ਆ? ਹਾਂਜੀ ਹਾਂਜੀ। ਉਹਨਾਂ ਨੇ ਕੀ ਜਵਾਬ ਦਿੱਤਾ ਸੀਗਾ? ਕਹਿੰਦੇ ਜੀ ਆਪਣੇ ਪਿੱਛੋਂ ਪਰਮਿਸ਼ਨ ਆਊਗੀ, ਬਦਲਾ ਦੇਵਾਂਗੇ। ਉਹ ਅੱਜ ਉਹ ਵੀ ਬਦਲ ਗਏ ਆ, ਉਹ ਏਮੇਰ ਸਾਹਿਬ ਵੀ ਟੁੱਟ ਗਏ ਆ, ਚੱਲ ਗਏ ਆ, ਹੁਣ ਨਵੇਂ ਆਏ ਉਹਦੀ ਸਾਹਿਬ, ਇਹਨਾਂ ਨੂੰ ਰਿਕੁਐਸਟ ਕੀਤੀ ਹੈ 2-3 ਵਾਰੀ, ਬਾਕੀ ਦੇਖੋ ਕੀ ਕਰਦੇ ਹਾਲ ਜੀ। ਮੇਰਾ ਨਾਮ ਮੋਹਿਤ ਭਾਅ ਜੀ।
ਚਾਂਦਨਗਰ ਭਾਈ ਭਾਈ ਚੌਥੇ ਪੰਜਵੇਂ ਦਿਨ ਹੋਇਆ ਹੀ ਰਹਿੰਦਾ ਮੇਰਾ ਭਰਾ ਇੱਤੀ ਬਥੇਰੇ ਨੂੰ ਭਾਜੀ ਕਈ ਵਾਰੀ ਆਉਂਦੇ ਆ ਨਾਲੇ ਮੇਰਾ ਭਰਾ ਨਿਕਲ ਜਾਂਦਾ ਏਦੀ ਫੇ ਹੋ ਜਾਂਦਾ ਚੌਥੇ ਦਿਨ ਬਾਅਦ ਦੇਖਿਓ ਅੱਜ ਆਇਆ ਭਾਜੀ ਚੌਥੇ ਦਿਨ ਬਾਅਦ ਫੇਰ ਇੱਦੀ ਹੋਣਾ ਏ ਆ ਗਲੀ ਚ ਜਾ ਕੇ ਦੇਖਿਓ ਮੇਰਾ ਇੱਧਰੋਂ ਗਟਰ ਲੀਕ ਹੁੰਦਾ ਜੀ ਆ ਸਾਹਮਣੇ ਦਿੱਲੀ ਗਲੀ ਚ ਬਹੁਤ ਮੰਦਾ ਹਾਲ ਹੋਇਆ ਭਾਈ ਪਾਣੀ ਖੜਾ ਹੀ ਰਹਿੰਦਾ ਇੱਥੇ ਭਾਜੀ ਕੋਈ ਪਕਾਸ ਨਹੀਂ ਮੇਰਾ ਨਾਮ ਮਹਾਰਾਜ ਮਨਪ੍ਰੀਤ ਸਿੰਘ ਕਿਹੜਾ ਏਰੀਆ ਪੈਂਦਾ ਭਾਜੀ ਬੁਰਾ ਹਾਲ ਆ ਇੱਥੇ ਜਾਂ ਚਾਂਦਕ ਤੋਂ ਬੋਲਦੇ ਇੱਥੇ ਹੁਣ ਜਿਹਦਾ ਹੁਣ ਖੁੱਲਿਆ ਸੀਵਰੇਜ ਦੂਜੇ ਤੀਜੇ ਤੇ ਬੰਦ ਹੋ ਜਾਂਦਾ ਵਾ ਸਟਾਰਟਿੰਗ ਉਹ ਗਲੀ ਚ ਹੁੰਦੀ ਆ ਉਹ ਗੋਹਾ ਦੇਖੋ ਤੇ ਉੱਥੇ ਨਾਲ ਜਿੱਦਾਂ ਜਿੱਦਾਂ ਚਾਂਦੀ ਚੁੰਦੀ ਢਾਲਦੇ ਆ ਸਾਰੀ ਪੈਪਾਂ ਗਲ ਗਈਆਂ ਪਰ ਇੱਕ ਵਾਰੀ ਉੱਥੇ ਸਰਵੇ ਕਰਕੇ ਦੇਖੋ ਕਿੰਨਾ ਬੁਰਾ ਹਾਲ ਆ ਉੱਥੋਂ ਸੀਵਰੇਜ ਬੰਦ ਹੁੰਦਾ ਸਾਰਾ ਦੇਖੋ ਇਹ ਬਿਮਾਰੀ ਦਾ ਘਰ ਵਾ ਮੱਛਰ ਠੀਕ ਆ ਜੀ ਇਹ ਹੁਣ ਕੇ ਹੁਣ ਬਿਮਾਰੀ ਸ਼ੁਰੂ ਹੋਣੀ ਮੀਂਹ ਪੈਣੇ ਆ ਮੀਂਹ ਬਿਮਾਰੀ ਲੱਗਣੀ ਹੀ ਲੱਗਣੀ ਕਿਸੇ ਨੂੰ ਤੇ ਇੱਥੇ ਬਹਿਣਾ ਔਖਾ ਵਾ ਕਹਿੰਦੇ ਹੱਲ ਹੋਜੂਗਾ ਕਹਿੰਦੇ ਕੰਮ ਹੋਜੂਗਾ ਪਰ ਐਮ ਸੀ ਸਾਹਿਬ ਨੇ ਵੀ ਇਹੀ ਗੱਲ ਕੀਤੀ ਆ ਕਹਿੰਦੇ ਮਸ਼ੀਨ ਖਰਾਬ ਹੋ ਗਈ ਆ ਮਸ਼ੀਨ ਜਿੱਦੇ ਸਹੀ ਹੁੰਦੀ ਆ ਤਾਂ ਆਪਾਂ ਤੁਹਾਡਾ ਆਪਣੇ ਕੰਮ ਕਰਵਾ ਦੇਵਾਂਗੇ ਮੁਹੱਲੇ ਦਾ ਪਰ ਸਰ ਫਿਰ ਉਹੀ ਹਾਲ ਆ ਦੇਖੋ ਸੜਕ ਦਾ ਪੂਰੇ ਸੜਕ ਉਹੀ ਆ ਇਹ ਪੰਜ ਦਿਨ ਹੁੰਦੇ ਆ ਫਿਰ ਮੀਂਹ ਪੈਂਦਾ ਆ ਫਿਰ ਹੋਰ ਬੁਰਾ ਹਾਲ ਹੋ ਜਾਂਦਾ ਆ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਸਰ ਜਿਹੜੀ ਆ ਏਰੀਏ ਦੇ ਵਿੱਚ ਜਿਹੜੀ ਪ੍ਰੋਬਲਮ ਚੱਲ ਰਹੀ ਆ ਉਹ ਦੱਸ ਰਿਹਾ ਵੀ ਕਾਫੀ ਦੇਰ ਤੋਂ ਲੰਬੇ ਸਮੇਂ ਤੋਂ ਚੱਲ ਰਹੀ ਆ ਅਤੇ ਇਹਨੂੰ ਠੀਕ ਵੀ ਕਰਵਾਇਆ ਜਾਂਦਾ ਫਿਰ ਉਹ ਦੁਬਾਰਾ ਫਿਰ ਪ੍ਰੋਬਲਮ ਸੇਮ ਆ ਜਾਂਦੀ ਆ ਕੀ ਇਹਦਾ ਕਾਰਨ ਕੀ ਆ ਵੀਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਵੀ ਮੈਨੂੰ ਤਾਂ ਹਜੇ ਇਲੈਕਸ਼ਨ ਐਮ ਸੀ ਬਣੇ ਨੂੰ 2.5 ਮਹੀਨੇ ਹੋਏ ਆ ਇਹ ਪ੍ਰੋਬਲਮ ਜਿਹੜੀ ਹੈਗੀ ਪਿਛਲੇ 10 ਸਾਲ ਤੋਂ ਪ੍ਰੋਬਲਮ ਚੱਲਦੀ ਆ ਰਹੀ ਹੈ ਮੈਨੂੰ ਇੱਥੇ ਇਹ ਗੱਲ ਕਹਿਣ 'ਚ ਕੋਈ ਗੁਰੇਜ਼ ਨਹੀਂ ਵੀ ਪਿਛਲਾ ਜਿਹੜਾ ਇਸ ਵਾਰਡ ਦੇ ਐਮ ਸੀ ਸੀਗੇ ਉਹ ਸਾਡੇ ਐਕਸ ਮੇਅਰ ਸ਼ਿਵਸੂਤ ਸੀਗੇ ਉਹਨਾਂ ਟਾਈਮ ਵੀ ਇਹੀ ਪ੍ਰੋਬਲਮ ਸੀਗੀ ਮੁਹੱਲੇ ਵਾਸੀਆਂ ਨੇ ਜਾ ਕੇ ਕੰਪਲੇਂਟ ਕਰਨੀ ਪਰ ਇਹਦਾ ਅੱਜ ਤੱਕ ਕੋਈ ਪਿਛਲੇ 10 ਸਾਲ ਤੋਂ ਕੋਈ ਪਰਮਾਨੈਂਟ ਸਲੂਸ਼ਨ ਨਹੀਂ ਕੱਢਿਆ ਗਿਆ ਹੁਣ ਇਲੈਕਸ਼ਨ ਜਿੱਤਣ ਤੋਂ ਬਾਅਦ ਜ਼ਿੰਮੇਵਾਰੀ ਮੇਰੇ 'ਤੇ ਆਈ ਹੈ ਔਰ ਜਦੋਂ ਵੀ ਇਹ ਕੋਈ ਪ੍ਰੋਬਲਮ ਹੁੰਦੀ ਹੈ ਮੇਰੀ ਪ੍ਰਿਓਰਿਟੀ ਹੁੰਦੀ ਹੈ ਵੀ ਇਹ ਕੰਮ ਨੂੰ ਆਪਾਂ ਨਿਪਰੇ ਚਾੜੀਏ ਔਰ ਮੈਂ ਪਿਛਲੇ 2.5 ਮਹੀਨਿਆਂ ਦੇ ਵਿੱਚ ਕਮ ਸੇ ਕਮ 10 ਵਾਰੀ ਇਹ ਲਾਈਨ ਸਾਫ਼ ਕਰਵਾ ਚੁੱਕਾ ਬਿਲਕੁਲ ਉਹ ਮੁਹੱਲਾ ਵਾਸੀ ਦੱਸ ਰਹੇ ਆ ਵੀ ਐਮ ਸੀ ਸਾਹਿਬ ਜਿਹੜੇ ਆ ਉਹ ਸਾਫ਼ ਕਰਵਾਉਂਦੇ ਆ ਇਹਨੂੰ ਕਲੀਨ ਕਰਵਾਉਂਦੇ ਆ ਅਤੇ ਲੇਕਿਨ ਉਹ ਹਲੇ ਥੋੜ੍ਹੇ ਟਾਈਮ ਬਾਅਦ ਹੀ ਫੇਰ ਚੌਕ ਹੋ ਜਾਂਦਾ ਕੋਈ ਇਹਦਾ ਰੀਜ਼ਨ ਕੋਈ ਲੱਭਿਆ ਗਿਆ ਹੁਣ ਤੱਕ ਐਕਚੁਲੀ ਜੋ ਮੈਨੂੰ ਪਤਾ ਲੱਗਿਆ ਜੋ ਕਾਰਪੋਰੇਸ਼ਨ ਦੇ ਸਾਡੇ ਇੰਪਲੋਈ ਜਿਹੜੇ ਸਾਫ਼ ਕਰਕੇ ਜਾਂਦੇ ਆ ਉਹ ਇਹ ਕਹਿੰਦੇ ਵੀ ਇਹਦੇ ਵਿੱਚੋਂ ਜਦੋਂ ਵੀ ਆਪਾਂ ਸਫਾਈ ਕਰਨ ਆਈਦੇ ਆ ਗਾਰ ਨਿਕਲਦੀ ਹੈ ਗੋਬਰ ਨਿਕਲਦਾ ਅਤੇ ਪਲੱਸ ਜਦੋਂ ਆਪਾਂ ਇਹਨੂੰ ਸਾਫ਼ ਕਰਦੇ ਮੈਨੂਅਲੀ ਤਾਂ ਸਾਡੇ ਹੱਥ 'ਚ ਜਲਨ ਹੁੰਦੀ ਹੈ ਇੱਥੇ ਜੋ ਮੈਂ ਦੇਖਿਆ ਵੀ ਮੈਨੂੰ ਪਤਾ ਲੱਗਿਆ ਇਸ ਏਰੀਏ ਦੇ ਵਿੱਚ ਕੋਈ ਤੇਜ਼ਾਬ ਦੀ ਫੈਕਟਰੀ ਹੈ ਥੋੜ੍ਹਾ ਮੈਂ ਇਹ ਕਹਿੰਦਾ ਵੀ ਚਲੋ ਪ੍ਰੋਬਲਮ ਤਾਂ ਹੈ ਪਰ ਇਸ ਪ੍ਰੋਬਲਮ ਦੇ ਵਿੱਚ ਕੁਝ ਹੱਦ ਤੱਕ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਭਾਗੀਦਾਰ ਬਣਨਾ ਚਾਹੀਦਾ ਵੀ ਸਾਫ਼ ਸੁਥਰਾ ਰੱਖਣਾ ਚਾਹੀਦਾ ਮੈਂ ਇਹਨਾਂ ਨੂੰ ਕਈ ਵਾਰ ਰਿਕੁਐਸਟ ਕਰ ਚੁੱਕਿਆ ਵੀ ਇਹਦੇ ਵਿੱਚ ਗੋਹਾ ਨਾ ਸਿੱਟੋ ਤੇਜ਼ਾਬ ਨਾ ਸਿੱਟੋ ਪਰ ਕੋਈ ਜਿਹਨੂੰ ਕਹਿ ਲਓ ਵੀ ਮੇਰੀ ਇੰਨੀ ਰਿਕੁਐਸਟ ਕਰਨ ਦੇ ਬਾਵਜੂਦ ਵੀ ਇਹ ਲੋਕ ਨਹੀਂ ਮੰਨ ਰਹੇ ਪਰ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਵੀ ਜੇ ਕੋਈ ਗਲਤ ਕਦਮ ਚੱਕਦਾ ਜਾਂ ਗਲਤ ਚੱਲਦਾ ਜਿਹਦੇ ਕਰਕੇ ਬਾਕੀਆਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਤਾਂ ਉੱਤੇ ਐਕਸ਼ਨ ਲੈਣਾ ਚਾਹੀਦਾ ਨਹੀਂ ਨਹੀਂ ਹੁਣ ਤਾਂ ਇਹ ਦੇਖੋ ਇਹ ਇਸ ਵਾਰੀ ਪ੍ਰੋਬਲਮ ਜ਼ਿਆਦਾ ਲੰਬੀ ਤਾਂ ਹੋ ਗਈ ਕਿਉਂਕਿ ਸਾਡੀ ਜਿਹੜੀ ਕਾਰਪੋਰੇਸ਼ਨ ਦੀ ਜੈਟਿੰਗ ਮਸ਼ੀਨ ਹੈ ਉਹ ਮਸ਼ੀਨ ਸਾਡੀ ਪਿਛਲੇ ਕਾਫੀ ਦਿਨ ਤੋਂ ਖਰਾਬ ਹੈ ਕਰੋਨਾ ਦਾ ਪੀਰੀਅਡ ਚੱਲ ਰਿਹਾ ਉਹ ਰਿਪੇਅਰ ਵਾਸਤੇ ਲੁਧਿਆਣੇ ਭੇਜੀ ਆ ਮੇਅਰ ਸਾਹਿਬ ਨਾਲ ਕੱਲ੍ਹ ਗੱਲ ਹੋਈ ਸੀਗੀ ਉਹ ਕਹਿੰਦੇ ਉਹਦਾ ਕੋਈ ਪੁਰਜਾ ਖਰਾਬ ਹੈ ਉਹ ਨਹੀਂ ਮਿਲ ਰਿਹਾ ਉਹ ਇਸ ਕਰਕੇ ਨਹੀਂ ਰੀਜ਼ਨ ਇਹੀ ਹੈ ਵੀ ਕਰੋਨਾ ਮਹਾਂਮਾਰੀ ਕਰਕੇ ਲੋਕਡਾਊਨ ਹੈਗਾ ਉਹਦੇ 1-2 ਦਿਨ ਦੇ ਵਿੱਚ ਉਹ ਰਿਪੇਅਰ ਹੋ ਜਾਣੀ ਹੈ ਮੈਨੂਅਲੀ ਇਹਨੂੰ ਅੱਜ ਸ਼ਾਮ ਤੱਕ ਆਪਾਂ ਕਰਾਉਂਦੇ ਹਾਂ ਸਾਫ਼ ਠੀਕ ਹੈ ਪਰ ਹੁਣ ਇਹ ਗੱਲ ਜ਼ਰੂਰ ਹੈ ਵੀ ਜਿਹੜਾ ਵੀ ਇਹਦੇ ਲਈ ਕੋਈ ਰਿਸਪੋਂਸੀਬਲ ਅੱਗੇ ਤੋਂ ਹੋਏਗਾ ਹੁਣ ਤਾਂ ਇਹਨੂੰ ਸਫਾਈ ਕਰਾਵਾਂਗੇ ਕਿਉਂਕਿ ਸਾਡੀ ਪ੍ਰਾਇਓਰਿਟੀ ਹੈ ਕਿਉਂਕਿ ਮੈਨੂੰ ਵੀ ਪਤਾ ਵੀ ਕਰੋਨਾ ਮਹਾਂਮਾਰੀ ਦਾ ਪੀਰੀਅਡ ਚੱਲ ਰਿਹਾ ਵੀ ਕਿਸੇ ਨਾ ਕਿਸੇ ਨੂੰ ਪ੍ਰੋਬਲਮ ਹੋ ਸਕਦੀ ਹੈ ਪਰ ਆਉਣ ਵਾਲੇ ਟਾਈਮ 'ਤੇ ਇੱਕ ਵਾਰੀ ਇਹਦੀ ਰਿਪੇਅਰ ਕਰਵਾਵਾਂਗੇ ਸਾਰਾ ਕੁਛ ਇਹਨੂੰ ਸੈੱਟ ਕਰਵਾ ਕੇ ਜਿਹੜਾ ਵੀ ਇਹਦੇ ਲਈ ਅੱਗੇ ਲਈ ਕੋਈ ਜ਼ਿੰਮੇਵਾਰ ਹੋਏਗਾ ਮੈਂ ਖੁਦ ਜਿਹੜਾ ਹੈ ਬਤੌਰ ਐਮ ਸੀ ਮੈਂ ਮੇਅਰ ਸਾਹਿਬ ਨੂੰ ਕਹਿ ਕੇ ਪ੍ਰਸ਼ਾਸਨ ਨੂੰ ਕਹਿ ਕੇ ਆਪਾਂ ਉਹਨਾਂ ਦੇ ਚਲਾਨ ਕਰਵਾਵਾਂਗੇ ਇਸ ਤੋਂ ਇਲਾਵਾ ਕੋਈ ਹੱਲ ਨਹੀਂ ਸੈਕਿੰਡਲੀ ਇਹ ਜਿਹੜੀ ਪ੍ਰੋਬਲਮ ਹੈਗੀ ਹੈ ਪਿਛਲੇ ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਕਾਫੀ ਟਾਈਮ ਤੋਂ ਹੈ ਸਾਡੀ ਮੇਰੀ ਸੁੰਦਰ ਸ਼ਾਮ ਅਰੋੜਾ ਜੀ ਸਾਡੇ ਕੈਬਨਿਟ ਮੰਤਰੀ ਪੰਜਾਬ ਉਹਨਾਂ ਨਾਲ ਆਲਰੇਡੀ ਗੱਲ ਹੋ ਚੁੱਕੀ ਹੈ ਇਹਦਾ ਜਿਹੜਾ ਪਰਮਾਨੈਂਟ ਸਲੂਸ਼ਨ ਇਹੀ ਹੈ ਵੀ ਇਹਦੀ ਲਾਈਨ ਚੇਂਜ ਹੋਣੀ ਹੈ ਇਹਦੀ ਲਾਈਨ ਇਸ ਕਰਕੇ ਨਹੀਂ ਚੇਂਜ ਹੋ ਰਹੀ ਕਿਉਂਕਿ ਸਾਡਾ ਜਿਹੜਾ ਧੋਬੀਘਾਟ ਵਾਲਾ ਮੇਨ ਰੋਡ ਹੈ ਉਹ ਰੋਡ ਦੀ ਰਿਪੇਅਰ ਚੱਲ ਰਹੀ ਹੈ ਇਸ ਕਰਕੇ ਸਾਰਾ ਜਿਹੜਾ ਟ੍ਰੈਫਿਕ ਹੈ ਉਹ ਇੱਧਰੋਂ ਡਾਇਵਰਟ ਹੋਇਆ ਤਾ ਹੁਣ ਜਿਹੜਾ ਹੈ ਉਹ ਰੋਡ ਸਾਡਾ ਬਣਨਾ ਸ਼ੁਰੂ ਹੋ ਗਿਆ ਜਿਸ ਦਿਨ ਉਹ ਰੋਡ ਬਣ ਜਾਏਗਾ ਅਰੋੜਾ ਜੀ ਨੇ ਮੈਨੂੰ ਪੂਰਾ ਆਸ਼ਵਾਸਨ ਦਿੱਤਾ ਦਾ ਵੀ ਜਿਸ ਦਿਨ ਉਹ ਰੋਡ ਚਾਲੂ ਹੋ ਗਿਆ ਤਾਂ ਇਹ ਰੋਡ ਦੀ ਲਾਈਨ ਜਿਹੜੀ ਹੈਗੀ ਪਟਾ ਕੇ ਇਹਦੀ ਨਵੀਂ ਸੀਵਰੇਜ ਲਾਈਨ ਪਵਾਵਾਂਗੇ ਸਿਰਫ ਇਹੀ ਹੈ
लोगों को इनकनवीनियंस ता ही हो रही है भी पिछले काफ़ी दिनों तो साड़ी जैटिंग मशीन खराब है। मे बी अज शाम तक या कल सवेर तक हो जाएगी तो कल नू सैट हो जाएगा सारा। अलग अलग महला वासियों ने भी असी इतने गलबात की है, उन्होंने दसिया भी जी प्रॉब्लम काफ़ी आ, काफ़ी टाइम तो जी चल रही आ। तो उस तो बाद असी एम सी साहब इतने जोड़े मौजूदा एम सी ने उन्होंने भी गलबात की आ, उन्होंने आश्वासन दवाया भी जोड़ा बहुत जल्द जरा कोई ना कोई हल जो क्या जाऊगा। तो मैनुअली कहें आप साफ करवा रहे हैं जी मशीन इसलिए जी खराब चल रही आ प्रशासन के कोल जी मेन मशीन आदि तो वह भी कहें जल्दी ठीक होकर आ जानी आ, तो जल्द तो जल्द जरा हल करवाया जाऊगा। द स्टैलर न्यूज़ के लिए हरपाल लाडा के नाल कैमरामैन जतेंद्र प्रिंस की रिपोर्ट।